ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਆਣੂ ਜੀ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਵੱਡੀ ਬਿੱਗ ਬ੍ਰੇਕਿੰਗ ਨਿਊਜ਼ ਦੁਨੀਆ ਲਈ ਆਈ ਵੱਡੀ ਮਾੜੀ ਖਬਰ ਧਰਤੀ ਨਾਲ ਟਕਰਾ ਸਕਦੀ ਹੈ ਇਹ ਖਤਰਨਾਕ ਸ਼ਾਇ ਵਿਗਿਆਨੀਆਂ ਨੇ ਜਤਾਈ ਚਿੰਤਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਜਿਹੜੇ ਸਰੋਤੇ ਵੀਰੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਆਇਦਨ ਹੀ ਵਿਗਿਆਨੀਆਂ ਵੱਲੋਂ ਬਹੁਤ ਸਾਰੀਆਂ ਚੇਤਾਵਨੀਆਂ ਜਿਹੜੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਧਰਤੀ ਨਾਲ ਇਹ ਖਤਰਨਾਕ ਚੀਜ਼ ਟਕਰਾ ਸਕਦੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਵਿਗਿਆਨੀਆਂ ਵੱਲੋਂ ਇੱਕ ਖਾਦਸ਼ਾ ਜਾਹਰ ਕੀਤਾ ਗਿਆ ਹੈ ਕਿ ਸੂਰਜ ਤੇ ਮੌਜੂਦ ਇੱਕ ਡੈਡ ਪਾਰਟ ਜ਼ੋਰਦਾਰ ਧਮਾਕਾ ਕਰ ਸਕਦੀ ਹੈ ਤੇ ਧਰਤੀ ਲਈ ਜੋਖਿਮ ਤੇਰੇ ਨੁਕਸਾਨ ਦਾ ਇੱਕ ਸਬਤ ਹੋਵੇਗਾ ਇਸੇ ਤਰ੍ਹਾਂ ਜਿੱਥੇ ਨਿਕਲਣ ਵਾਲੇ ਰੇਡੀਏਸ਼ਨ ਧਰਤੀ ਲਈ ਕਾਫੀ ਨੁਕਸਾਨਦਾਇਕ ਹੋਣਗੇ ਹੁਣ ਉੱਥੇ ਹੀ ਇਸ ਦੇ ਅਸਰ ਨਾਲ ਜਿੱਥੇ ਬਲੈਕਆਊਟ ਹੋ ਸਕਦਾ ਹੈ ਉੱਥੇ ਇਲੈਕਟ੍ਰੋਨਿਕ ਡਿਵਾਈਸਸ ਖਰਾਬ ਹੋਣ ਦਾ ਖਤਰਾ ਜ਼ਾਹਿਰ ਕੀਤਾ ਗਿਆ ਹੈ ਜਿਸ ਵਿੱਚ ਮੋਬਾਈਲ ਫੋਨ ਵੀ ਸ਼ਾਮਲ ਹਨ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮਾਰ ਡੇਟ ਮਾਈਨਰ ਸਟਾਰਮ ਧਰਤੀ ਨੂੰ ਪ੍ਰਭਾਵਿਤ ਕਰਨਗੇ ਅਤੇ ਧਰਤੀ ਨਾਲ ਟਕਰਾਉਣ ਤੇ ਧਰਤੀ ਦੀ ਮੈਗਨੇਟਿੰਗ ਫੀਲਡ ਤੇ ਅਸਰ ਹੋਵੇਗਾ ਜਿੱਥੇ ਇਸ ਦਾ ਅਸਰ ਧਰਤੀ ਦੇ ਆਲੇ-ਦੁਆਲੇ ਦੇ ਵਾਤਾਵਰਨ ਉੱਪਰ ਵੀ ਦੇਖਿਆ ਜਾਵੇਗਾ ਧਰਤੀ ਨਾਲ ਇਸ ਸਹਿ ਦੇ ਟਕਰਾਨ ਕਾਰਨ ਬਹੁਤ ਸਾਰੇ ਇਲੈਕਟ੍ਰਿਕ ਡਿਵਾਈਸ ਪ੍ਰਭਾਵਿਤ ਹੋ ਸਕਦੇ ਨੇ ਤੇ ਵੀਡੀਓ ਬਲੈਕਆਊਟ ਹੋਣ ਦਾ ਖਦਸ਼ਾ ਵੀ ਵਿਗਿਆਨੀਆਂ ਵੱਲੋਂ ਜਾਰੀ ਕੀਤਾ ਗਿਆ ਹੈ